ਸੀ। ਲੇਡੀ ਦੀ ਤਾਂ ਡੈਥ ਹੋ ਗਈ ਆ ਪਰ ਬੱਚਾ ਠੀਕ ਆ, ਅਤੇ ਉਹਦੇ ਘਰਦਿਆਂ ਨੇ ਰੋਡ ਜਾਮ ਕੀਤਾ। ਇਹ ਗੁਰਦਾਸਪੁਰ ਦੀ ਘਟਨਾ ਵਾ, ਕਨਵਨ ਚੌਂਕ ਹੈ, ਕਨਵਨ ਚੌਂਕ ਗੁਰਦਾਸਪੁਰ ਦਾ, ਕਨਵਨ ਚੌਂਕ ਕਲੇਅਰ ਹੋਸਪਿਟਲ, ਇਹ ਕਨਵਨ ਚੌਂਕ ਦੇ ਲੱਗ ਗਿਆ ਬਾਈ। ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਵਾ। ਇਹਨਾਂ ਨੇ ਰੋਡ ਵੀ ਜਾਮ ਕੀਤਾ ਵਾ, ਸੁਣਵਾਈ ਕੋਈ ਨਹੀਂ ਹੋਣ ਦੀ ਇਹਨਾਂ ਦੀ, ਪੁਲਿਸ ਪ੍ਰਸ਼ਾਸਨ ਵੀ ਸਾਰਾ ਲਾਗੇ ਖੜ੍ਹਾ ਵਾ ਬਈ। ਇਹ ਪੰਜਾਬ ਦੀ ਘਟਨਾ ਵਾ, ਉਹ ਦੇਖੋ ਉਹਦਾ ਘਰ ਵਾਲਾ ਲੰਮਾ ਪਿਆ, ਡੈੱਡ ਬੋਡੀ ਇਹਨਾਂ ਨੇ ਚੌਂਕ 'ਚ ਹੀ ਲਿਆ ਕੇ ਲਾਈ ਆ, ਚੌਂਕ 'ਚ ਹੀ ਰੱਖੀ ਆ। ਬਹੁਤ ਜ਼ਿਆਦਾ ਗਲਤ ਹੋਇਆ ਵੀਰੇ, ਪਲੀਜ਼ ਇਹ ਵੀਡੀਓ ਨੂੰ ਸ਼ੇਅਰ ਕਰਨਾ, ਬਹੁਤ ਦੁੱਖ ਵਾਲੀ ਘਟਨਾ ਵੀਰੇ, ਬਹੁਤ ਜ਼ਿਆਦਾ।